ਫਿਰ ਉਹ ਅੱਜ ਆਪਾਂ ਦੁਬਾਰਾ ਆਏ ਸੀਗੇ PDF ਦੇ ਸਟੋਰ ਦੇ ਉੱਪਰ। ਸਬਸਕ੍ਰਾਈਬਰ ਵੀ ਹੈਗੇ ਨੇਗੇ, ਆਪਣੇ ਰਿਸ਼ਤੇਦਾਰ ਵੀ ਹੈਗੇ ਨੇਗੇ। ਇਹਨਾਂ ਨੇ ਗਾਵਾਂ ਦਾ ਫਾਰਮ ਆ ਜਿਹੜਾ ਸ਼ੁਰੂ ਕੀਤਾ ਗਾ, ਤੇ ਅੱਜ ਆਪਾਂ ਵੈਂਸਨ ਦੀ ਜਿਹੜੀ ਮਸ਼ੀਨ ਆ ਗਈ 1 HP ਦੀ, ਉਹ ਲੈਣ ਆਇਆਂਗੇ PDF ਸਟੋਰ ਦੇ ਉੱਤੋਂ। ਇਹ ਮਿਲਕ ਰਿਪਲੇਸਰ ਆ ਘੋੜਿਆਂ ਵਾਸਤੇ। ਵੈਂਸਨ ਦੀ 1 HP ਦੀ ਮੋਟਰ ਆ ਗਈ, 1 ਬਕਟ ਦੇ ਨਾਲ ਹੋ ਚੁੱਕੇਗੀ ਤਿਆਰ। ਆਪਣੀ ਜਿਹੜੀ ਟੈਗ ਨੰਬਰ 23 ਹੀਫਰ ਆ ਗਈ ਪਹਿਲਣ, ਉਹਦਾ ਸੂਆ ਪੈ ਚੁੱਕਿਆ ਅਲੈਗਜੈਂਡਰਾ। ਫਿਰ ਉਹ ਸੈਕਿੰਡ ਸਿਮਰ ਵਾਲਾ ਬੱਚਾ। ਤੇ ਵੀਰੋ, ਅੱਜ ਆਪਾਂ ਦੁਬਾਰਾ ਆਏ ਸੀਗੇ PDF ਦੇ ਸਟੋਰ ਦੇ ਉੱਪਰ। ਅੱਜ ਆਪਾਂ ਆਪਣੇ ਸਬਸਕ੍ਰਾਈਬਰ ਵੀ ਹੈਗੇ ਨੇਗੇ, ਆਪਣੇ ਰਿਸ਼ਤੇਦਾਰ ਵੀ ਹੈਗੇ ਨੇਗੇ। ਇਹਨਾਂ ਨੇ ਗਾਵਾਂ ਦਾ ਫਾਰਮ ਆ ਜਿਹੜਾ ਸ਼ੁਰੂ ਕੀਤਾ ਗਾ, ਤੇ ਅੱਜ ਆਪਾਂ ਵੈਂਸਨ ਦੀ ਜਿਹੜੀ ਮਸ਼ੀਨ ਆ ਗਈ 1 HP ਦੀ, ਉਹ ਲੈਣ ਆਇਆਂਗੇ PDF ਸਟੋਰ ਦੇ ਉੱਤੋਂ। ਤੇ ਉੱਧਰ ਵੀਰੋ ਫੈਨ ਨੇ ਜਿਹੜੇ ਜਾ ਰਹੇ ਨੇਗੇ। ਤੇ ਇੱਕ ਤੁਹਾਨੂੰ ਅੱਜ ਆਪਾਂ ਨਵਾਂ ਪ੍ਰੋਡਕਟ ਦਿਖਾਵਾਂਗੇ ਘੋੜਿਆਂ ਵਾਸਤੇ। ਇਹ ਮਿਲਕ ਰਿਪਲੇਸਰ ਆ ਘੋੜਿਆਂ ਵਾਸਤੇ, ਤੇ ਇਹਦੀ ਜਾਣਕਾਰੀ ਦੇਣਗੇ ਆਪਾਂ ਨੂੰ ਹੁਣ। ਹਾਂਜੀ, ਦੱਸੋ ਜੀ ਆਪਾਂ ਨੂੰ ਇਹਦੇ ਬਾਰੇ। ਜੀ ਸਰ, ਆਪਣਾ ਸਰਵਾ ਫੋਲ ਆਉਂਦਾ ਜੀ, ਆਪਣਾ ਹੋਰਸਿਸ ਦੇ ਬੱਚਿਆਂ ਵਾਸਤੇ ਆਪਣਾ ਮਿਲਕ ਰਿਪਲੇਸਰ ਆਉਂਦਾ ਸਰ। ਇਹ ਹਜੇ ਆਪਾਂ ਲੈ ਕੇ ਆਏ ਹਾਂ, ਆਪਣੇ ਸਰਵਲ ਕੰਪਨੀ ਹੈ, ਫਰਾਂਸ ਦੀ ਕੰਪਨੀ ਹੈ ਬੇਸਿਕਲੀ। ਅਤੇ ਆਪਾਂ ਸਾਰੇ ਜਿਹੜੇ ਛੋਟੇ ਬੱਚਿਆਂ ਵਾਸਤੇ ਆਪਾਂ ਮਿਲਕ ਰਿਪਲੇਸਰ ਤਿਆਰ ਕਰਦੇ ਹਾਂ। ਠੀਕ ਹੈ ਜੀ। ਹੁਣ ਸਪੈਸ਼ਲ ਆਪਾਂ ਲੈ ਕੇ ਆਏ ਹਾਂ ਹੋਰਸਿਸ ਵਾਸਤੇ, ਹੋਰਸਿਸ ਦੇ ਜਿਹੜੇ ਫੋਲ ਹੁੰਦੇ ਉਹਨਾਂ ਦੇ ਵਾਸਤੇ ਆਪਾਂ ਮਿਲਕ ਰਿਪਲੇਸਰ ਲੈ ਕੇ ਆਏ। ਇਹ ਗਰੋਥ ਵਗੈਰਾ ਵੀ ਚੰਗੀ ਹੁੰਦੀ ਹੈ ਜੀ ਇਹਦੀ? ਹਾਂਜੀ ਸਰ, ਬਿਲਕੁਲ। ਇਹ ਮਾੜਾ ਜਿਹਾ ਇਹ ਵੀ ਦੱਸ ਦਿਓ ਵੀ ਇਹ ਦੇਣਾ ਕਿਵੇਂ ਆ, ਕਿੰਨਾ ਟਾਈਮ ਦੇਣਾ ਆਪਾਂ ਨੇ, ਤੇ ਇਹਦੀ ਮਿਕਸੀਬਿਲਟੀ ਵਗੈਰਾ, ਤੇ 1 ਲੀਟਰ ਜਿਵੇਂ ਤਿਆਰ ਕਰਨਾ ਗਾ, ਤੇ ਓਵਰਆਲ ਸਾਨੂੰ ਸਾਰਾ ਦੱਸ ਦਿਓ ਇਹਦੇ ਬਾਰੇ। ਇਹ ਸਭ ਤੋਂ ਪਹਿਲੇ ਸਰ 1 ਲੀਟਰ ਜੇ ਆਪਾਂ ਤਿਆਰ ਕਰਨਾ, 1 ਲੀਟਰ ਪਾਣੀ ਦੇ ਵਿੱਚ ਆਪਾਂ ਇਹਨੂੰ ਲੈਣਾ 110 ਗ੍ਰਾਮ। ਜੇ ਤੁਸੀਂ ਜ਼ਿਆਦਾ ਤਿਆਰ ਕਰਨਾ ਫਿਰ 9 ਲੀਟਰ ਪਾਣੀ, ਜੇ 1 ਕਿਲੋ ਪਾਊਡਰ ਪਾ ਕੇ ਆਪਾਂ 10 ਲੀਟਰ ਤਿਆਰ ਕਰ ਸਕਦੇ। ਇਹ ਪਰ ਡੇ ਦਾ ਮਤਲਬ ਕਿੰਨਾ ਦੇਣਾ ਆਪਾਂ ਨੇ? ਇਹ ਪਰ ਡੇ ਪਿੱਛੇ ਸਾਰਾ ਲਿਖਿਆ ਹੋਇਆ ਸਰ ਆਪਾਂ। ਠੀਕ ਹੈ ਜੀ। ਇਹ ਫਸਟ ਵੀਕ ਦੇ ਵਿੱਚ ਆਪਾਂ 1 ਲੀਟਰ ਆਪਾਂ 6 ਵਾਰੀ ਉਹਨਾਂ ਨੂੰ ਦੇਣਾ। ਠੀਕ ਹੈ ਜੀ। ਉਸ ਤੋਂ ਬਾਅਦ ਸੈਕਿੰਡ ਵੀਕ ਵਿੱਚ 1.5 ਲੀਟਰ ਆਪਾਂ 4 ਦਿਨ 4 ਵਾਰੀ ਪਿਆਉਣਾ 1 ਦਿਨ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਥਰਡ ਵੀਕ ਵਿੱਚ 1.5 ਲੀਟਰ ਪਿਆਉਣਾ 4 ਵਾਰ। ਠੀਕ ਹੈ ਜੀ। ਔਰ ਵੀਕ 4 ਤੋਂ ਲੈ ਕੇ 8ਵੇਂ ਹਫ਼ਤੇ ਤੱਕ ਠੀਕ ਹੈ ਆਪਾਂ ਦੇਣਾ 2.5 ਲੀਟਰ 4 ਵਾਰ। ਉਸ ਤੋਂ ਬਾਅਦ 15 ਵੀਕ ਤੱਕ ਆਪਾਂ ਨੇ 2.5 ਲੀਟਰ ਉਹਨਾਂ ਨੂੰ ਦੇਣਾ 3 ਟਾਈਮ। ਬਾਕੀ ਭਰਾਵੋ ਬਾਕੀ ਆ ਸਾਰਾ ਕੁਝ ਦੱਸਿਆ ਹੋਇਆ, ਤੇ ਇਹਦਾ ਪ੍ਰਾਈਸ ਵੀ ਦੱਸ ਦਿਓ ਜੀ ਕਿੰਨਾ? ਇਹ ਸਰ ਫਾਰਮਰ ਨੂੰ ਪ੍ਰਾਈਸ ਮਿਲੇਗਾ 3000। ਠੀਕ ਹੈ ਜੀ। ਤੇ MRP ਇਹਦੀ ਹੈਗੀ ਹੈ 5000। ਇਹ 10 ਕਿਲੋ ਦੀ ਪੈਕਿੰਗ ਹੈ। 10 ਕਿਲੋ ਦੀ ਪੈਕਿੰਗ ਦੇ ਵਿੱਚ ਵੇਲੇ। ਤੇ ਇਹਦੀ ਕੋਈ ਵੱਡੀ ਪੈਕਿੰਗ ਵੀ ਆਉਂਦੀ ਹੈਗੀ? ਨਹੀਂ ਸਰ, ਓਨਲੀ 10 kg ਪੈਕਿੰਗ ਵਿੱਚ। ਠੀਕ ਹੈ ਜੀ। ਆ ਕਰਿਓ ਇੱਕ ਵਾਰੀ ਜੀ। ਤੇ ਬਾਕੀ ਭਰਾਵੋ ਇਹ ਹੈਗਾ ਘੋੜਿਆਂ ਵਾਸਤੇ, ਜਿਹੜੇ ਵੀਰ ਘੋੜਿਆਂ ਦੇ ਸ਼ੌਕੀਨ ਨੇਗੇ, ਇੱਕ ਵਾਰ ਜ਼ਰੂਰ ਇਹ ਪ੍ਰੋਡਕਟ ਤੁਸੀਂ ਵਰਤ ਕੇ ਦੇਖਿਓ। ਇਹ PDF ਦੇ ਸਟੋਰ ਤੋਂ ਮਿਲੂਗਾ ਆਪਾਂ ਨੂੰ। ਤੇ ਬਾਕੀ ਜੇ ਭਰਾ ਦੂਰ ਦੇ ਨੇਗੇ, ਮੁੱਲਾਪੁਰ ਦਾਖਾਂਗਾ ਸਟੋਰ, ਤੇ ਤੁਸੀਂ ਆਪਾਂ ਇਹਨਾਂ ਦਾ ਨੰਬਰ ਲਾਸਟ ਦੇ ਵਿੱਚ ਮੈਂਸ਼ਨ ਕਰ ਦਾਂਗੇ, ਤੇ ਤੁਸੀਂ ਮਤਲਬ ਇਹ ਕੋਰੀਅਰ ਵੀ ਕਰ ਦਿੰਦੇ ਹੋ ਤੁਸੀਂ ਜੇ ਕਈ ਵਾਰੀ ਦੂਰ ਦੇ ਹੁੰਦੇ ਨੇ? ਟਰਾਂਸਪੋਰਟ ਤੇ ਬੁੱਕ ਕਰਦਾ। ਓਕੇ। ਤੇ ਇਹ ਵੀਰੋ ਟਰਾਂਸਪੋਰਟ ਤੇ ਮਤਲਬ ਬੁਕਿੰਗ ਤੇ ਆਪਣੇ ਕੋਲ ਪਹੁੰਚ ਜੂਗਾ, ਉਹਦੇ ਐਕਸਟਰਾ ਚਾਰਜਸ ਹੋਣਗੇ, ਉਹ ਤੁਸੀਂ ਕਾਲ ਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ। ਤੇ ਵੀਰੋ ਇਹ ਹੋ ਰਹੀ ਆਪਣੀ ਵੈਂਸਨ ਦੀ ਜਿਹੜੀ ਮੋਟਰ ਆ ਗਈ 1 HP ਦੀ ਤਿਆਰ। ਤੇ ਵੀਰੋ ਜਿਹੜੀ ਸਬ ਕਲੀਨਿਕ ਵਾਲਾ ਆਪਾਂ ਮਸਟੈਟਸ ਚੈੱਕ ਕਰਦੇ ਹਾਂਗੇ ਨਾ, ਬਹੁਤ ਭਰਾ ਪੁੱਛਦੇ ਨੇ ਵੀ ਕਿਹੜੀ ਕਿਟ ਹੈਗੀ। ਤੇ ਅੱਜ ਵੀਰੋ ਆਪਾਂ PDF ਦੇ ਸਟੋਰ ਤੇ ਆਂਗੇ, ਇਹ ਡੀ ਲੈਵਲ ਕੰਪਨੀ ਦੀ ਹੈਗੀ, ਤੇ ਇੱਦਾਂ ਇਹ ਕਿਟ ਆਉਂਦੀ ਹੈਗੀ। ਬਾਕੀ ਤੁਹਾਨੂੰ ਆਪਾਂ ਖੋਲ ਕੇ ਵੀ ਦਿਖਾਉਣੇ ਆਂਗੇ। ਜਿੱਦਾਂ ਵੀਰੋ ਆਪਣੇ ਵੀਡੀਓ ਪਾਈਆਂ ਹੋਈਆਂ ਨੇਗੀਆਂ, ਇਹ ਜਿਹੜੇ ਕੱਪ ਨੇਗੇ 4 ਥਣਾਂ ਦੇ ਨਾ, 2-2 ML ਦੁੱਧ ਲੈਣਾ ਆਪਾਂ ਨੇ। ਤੇ ਬਾਕੀ ਜਿਹੜੀ ਆਹ ਦਵਾਈ ਹੈਗੀ,
ਇਹ ਕੀ ਕਰਨੀ ਆਪਾਂ ਨੇ, ਇਹ ਡਬਲ ਪਾਉਣੀ ਹੈਗੀ। ਮੰਨ ਲਓ ਜਿਵੇਂ ਦੋ ਦੋ ਐਮ ਐਲ ਆਈ ਡੀ ਨਾਲ ਆਪਾਂ ਦੁੱਧ ਲੈ ਲਿਆ ਤਾਂ ਇਹ 4 ਐਮ ਐਲ ਪਾਉਣੀ ਹੈਗੀ ਆਪਾਂ। ਅਤੇ ਉਸ ਤੋਂ ਬਾਅਦ ਵੀਰ ਉਹਨੂੰ ਸ਼ੇਕ ਕਰਨਾ ਗਾ। ਜੇ ਤਾਂ ਮਤਲਬ ਕੋਈ ਲੇਅਰ ਪ੍ਰੋਪਰ ਬਣ ਗਈ ਫਿਰ ਤਾਂ ਸਹੀ ਆ, ਜੇ ਦੁੱਧ ਫਟ ਗਿਆ ਜਾਂ ਗਾੜ੍ਹਾਪਣ ਆ ਗਿਆ ਵਿੱਚ ਛਿੱਦੀਆਂ ਬਣ ਗਈਆਂ ਤਾਂ ਸਬ ਕਲੀਨਿਕਲ ਮਸਟਾਈਟਸ ਹੈਗੀ, ਅਤੇ ਉਹਦਾ ਆਪਾਂ ਨੂੰ ਟ੍ਰੀਟਮੈਂਟ ਕਰਨਾ ਪਊਗਾ। ਅਤੇ ਇਹਦੇ ਕਾਰਨ ਆ ਜਿਹੜਾ ਆਪਣਾ ਦੁੱਧ ਵੀ ਘੱਟਦਾ ਗਾ ਗਾਵਾਂ ਦਾ। ਬਾਕੀ ਵੀਰੋ ਆ ਇਹਦਾ ਦਿੱਤਾ ਹੋਏਗਾ ਪ੍ਰੈਸ਼ਰ, ਜਿਹਦੇ ਨਾਲ ਆਪਾਂ ਹਲੇ ਤਾਂ ਫਿੱਟ ਕਰਕੇ ਮਾਰ ਸਕਦੇ ਹਾਂਗੇ 4 ਐਮ ਐਲ। ਅਤੇ ਬਾਕੀ ਵੀਰੋ ਤੁਸੀਂ ਆ ਹੈਗਾ ਜਿਹੜੇ ਉੱਤੇ ਸਾਰੀ ਜਾਣਕਾਰੀ ਦਿੱਤੀ ਹੋਈ ਹੈਗੀ ਕਿਵੇਂ ਕਿਵੇਂ ਆਪਣੇ ਯੂਜ ਕਰਨਾ ਗਾ। ਅਤੇ ਵੀਰੋ ਜਿਹੜੀ ਆਪਣੀ 1 HP ਦੀ ਵੈਂਸਨ ਦੀ ਮਸ਼ੀਨ ਆ ਗਈ ਹੋ ਰਹੀ ਆ ਰੈਡੀ, ਅਤੇ ਆਪਾਂ 1 ਬਕਟ ਵਾਲੀ ਲੈ ਕੇ ਜਾ ਰਹੇ ਹਾਂਗੇ। ਇਹ 25 ਲੀਟਰ ਦੀ ਕੇਨ ਆ ਜੀ ਇਹ। ਅਤੇ ਵੀਰੋ ਜਿਹੜੀ ਆਪਣੀ ਵੈਂਸਨ ਦੀ 1 HP ਦੀ ਮੋਟਰ ਹੈਗੀ 1 ਬਕਟ ਦੇ ਨਾਲ ਹੋ ਚੁੱਕੇਗੀ ਤਿਆਰ, ਅਤੇ ਹੁਣ ਆਪਾਂ ਲੈ ਕੇ ਜਾਵਾਂਗੇ। ਬਹੁਤ ਭਰਾ ਨੇ ਜਿਨ੍ਹਾਂ ਨੇ ਫਾਰਮਾਂ ਦਾ ਹੁਣ ਨਵਾਂ ਕੰਮ ਸ਼ੁਰੂ ਕੀਤਾ ਹੈਗਾ ਅਤੇ ਮਸ਼ੀਨਾਂ ਲੈ ਕੇ ਜਾ ਰਹੇ ਨੇਗੇ, ਥੋੜ੍ਹੀ ਜਿਹੀ ਆਪਾਂ ਤੁਹਾਨੂੰ ਸਾਵਧਾਨੀਆਂ ਦੱਸ ਦਈਏ, ਕਿਉਂਕਿ ਕਈ ਵਾਰੀ ਕੀ ਹੁੰਦਾ ਗਾ ਜਦੋਂ ਆਪਾਂ ਸਾਵਧਾਨੀਆਂ ਨਹੀਂ ਰੱਖਦੇ ਹੈਗੇ, ਇਹ ਜਿਹੜੀ ਮਸ਼ੀਨ ਹੈਗੀ ਇਹਦੇ ਨਾਲ ਮਸਟਾਈਟਿਸ ਬਹੁਤ ਆਉਂਦੀ ਹੈਗੀ ਜਦੋਂ ਪ੍ਰੋਪਰ ਸਾਫ਼ ਨਹੀਂ ਕਰਾਂਗੇ। ਤੋ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੇਣਗੇ, ਪਹਿਲਾਂ ਆਪਣਾ ਇੰਟਰੋਡਕਸ਼ਨ ਦੇਣਗੇ ਫਿਰ ਨਾਲ ਦੀ ਨਾਲ ਤੁਹਾਨੂੰ ਸਾਰਾ ਕੁਝ ਦੱਸਣਗੇ ਇਹਦੇ ਬਾਰੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਾਮ ਸਿੰਘ PDS ਤੋਂ। ਸਰ ਇਹਦੇ ਵਿੱਚ ਸਾਵਧਾਨੀਆਂ ਇਹ ਹੈ ਸਰ, ਇਹਦੇ ਵਿੱਚ ਜਿਹੜਾ ਕੀ ਆ ਇਹ ਲੇਨਰ ਸੈੱਟ ਆ, ਇਹ ਲੇਨਰ ਸੈੱਟ ਦੇ ਵਿੱਚ ਆਪਾਂ ਜਿਹੜੀ ਬੇਸਿਕ ਹੁੰਦਾ ਡੀਲ ਵਾਲ ਦਾ, ਠੀਕ ਹੈ, ਦਿਖਾ ਦਿਓ ਉਹਦੀ ਨਾਲ ਦਿਖਾ ਦਿਓ ਉਹਦੇ ਵਿੱਚ ਇਹਨਾਂ ਦਾ ਆ ਹੁੰਦਾ, ਇਹ 5 ਲੀਟਰ ਪਾਣੀ ਦੇ ਵਿੱਚ ਇਹ 2 ਢੱਕਣ ਪਾਓ, ਠੀਕ ਹੈ, ਸਾਰਾ ਪੂਰਾ ਲੇਨਰ ਜਿਹੜਾ ਉੱਥੇ ਤੱਕ ਡਬੋ ਲਓ, ਠੀਕ ਹੈ, ਡਬੋ ਕੇ ਇਹਨੂੰ ਜਿਹੜਾ ਇਹਦੇ ਵਿੱਚ ਆ ਜੂਗਾ ਸਾਰਾ ਪਾਣੀ, ਮਿਲਕ ਟਿਊਬ ਮਿਲਕ ਕਲੋ ਇਹ ਸਾਰਾ ਪਾਣੀ ਇਹਦੇ ਵਿੱਚ ਆ ਜੂਗਾ, ਇਹਨੂੰ ਸਾਫ਼ ਕਰਕੇ ਨਾ ਤਾਂ ਇਹਦੇ ਨਾਲ ਮਿਸਟੇਕਸ ਹੋਊਗੀ ਅਤੇ ਉਹ ਦੂਸਰੀ ਗੱਲ ਖਾਣ ਖਰਾਬ ਨਹੀਂ ਹੋਣਗੇ ਇਹਦੇ ਨਾਲ। ਇੱਕ ਮੈਨੂੰ ਹੋਰ ਦੱਸੋ ਜੀ, ਕਈ ਨਾ ਮੈਂ 1-2 ਜਗ੍ਹਾ 'ਤੇ ਦੇਖਿਆ ਗਾ ਵੀ ਸਰਫ ਨਾਲ ਧੋ ਦਿੰਦੇ ਨੇ ਗੇ, ਵੀ ਉਹ ਸਹੀ ਆ ਜਾਂ ਗਲਤ ਚੀਜ਼ ਆ? ਬਿਲਕੁਲ ਸਰ, ਸਰਫ ਨਾਲ ਬਿਲਕੁਲ ਨਹੀਂ ਧੋਣਾ ਚਾਹੀਦਾ, ਠੀਕ ਹੈ ਜੀ, ਇਹਦੇ ਨਾਲ ਜਿਹੜੇ ਸਪੈਸ਼ਲ ਆ ਰਹੇ ਆ ਇਹਦੇ ਕੈਮੀਕਲ, ਠੀਕ ਹੈ ਜੀ, ਜਿਵੇਂ ਬੇਸਕ ਹੋ ਗਿਆ, ਠੀਕ ਹੈ, ਵੀਲਵਾਲ ਦਾ, ਰੇਨਸਨ ਦਾ, ਦੋਨੇ ਆ ਰਹੇ ਆ। ਜਿਵੇਂ ਇੱਕ ਵਾਰੀ ਆਪਣੇ ਇਹ ਦਵਾਈ ਮਤਲਬ ਦਵਾਈ ਨਾਲ ਕਲੀਨ ਕਰਕੇ ਫਿਰ ਉਦੋਂ ਬਾਅਦ ਵੀ ਸਾਫ਼ ਪਾਣੀ ਨਾਲ, ਸਾਫ਼ ਪਾਣੀ ਨਾਲ ਜੀ ਬਿਲਕੁਲ ਧੋਣਾ ਚਾਹੀਦਾ, ਪਹਿਲਾਂ ਇਹਦੇ ਨਾਲ ਆ ਦਵਾਈ ਨਾਲ ਕਰੋ, ਠੀਕ ਹੈ, ਠੀਕ ਹੈ, ਉਸ ਤੋਂ ਬਾਅਦ 2-3 ਵਾਰ ਸਾਫ਼ ਪਾਣੀ ਨਾਲ ਤਾਜ਼ੇ ਪਾਣੀ ਨਾਲ ਧੋਣਾ। ਇੱਕ ਸਾਨੂੰ ਲਾਈਨਰ ਵੀ ਦੱਸ ਦਿਓ ਵੀ ਜਿਹੜੇ ਲਾਈਨਰ ਨੇਗੇ ਇਹ ਵੀ ਜਦੋਂ ਆਪਾਂ ਨਾ ਲਗਾਤਾਰ ਇਹਨੂੰ 6 ਮਹੀਨੇ ਸਾਲ ਇੱਕੋ ਯੂਜ਼ ਕਰੀ ਜਾਂਦੇ ਆਪਾਂ ਸਿਰਫ ਉਦੋਂ ਚੇਂਜ ਕਰਦੇ ਤਾਂ ਫਟ ਜਾਂਦਾ ਗਾ, ਪਰ ਇਹਦਾ ਜਿਹੜਾ ਟਾਈਮ ਪੀਰੀਅਡ ਹੈਗਾ ਮਿਲਕਿੰਗ 'ਤੇ ਵੀ ਦੱਸ ਦਿਓ ਜਾਂ ਤੁਸੀਂ ਸਾਨੂੰ 1 ਮੰਥ ਦੱਸ ਦਿਓ ਵੀ ਇੰਨੇ ਮੰਥ ਬਾਅਦ ਹੋਣਾ। ਸਰ ਇਹਦੇ ਨਾਲ ਕੀ ਆ 2500 ਗ੍ਰਾਮਾਂ ਚੂ ਸਕਦੇ ਹਾਂ, ਠੀਕ ਹੈ ਜੀ, 2500 ਗ੍ਰਾਮਾਂ ਚੂ ਸਕਦੇ ਹਾਂ, ਉਹਦੇ ਨਾਲ ਕੀ ਆ 2500 ਗ੍ਰਾਮਾਂ ਚੋਣ ਦੇ ਨਾਲ ਇਹ ਸਰ ਲੈਨਰ ਅੰਦਰੋਂ ਕਰੈਕ ਕਰੈਕ ਹੋ ਜਾਂਦਾ, ਹਾਂ ਠੀਕ ਹੈ ਨਾ, ਉਹਦੇ ਨਾਲ ਕੀ ਆ ਥਣਾਂ ਦੀ ਵੀ ਪ੍ਰੋਬਲਮ ਆਉਂਦੀ ਆ ਵਿੱਚ ਬੈਕਟੀਰੀਆ ਵਗੈਰਾ ਬੈਠ ਜਾਂਦਾ ਜਾ ਕੇ, ਗੱਲ ਜਦੋਂ ਲੈਨਰ ਫਟ ਜਾਂਦੇ ਆ ਤੇ ਇਹਦੇ ਵਿੱਚ ਅੰਦਾਜ਼ਾ ਲਾ ਸਕਦੇ ਹਾਂ ਆਪਾਂ ਵੀ ਇਹ ਲੈਨਰ ਫਟੇ ਹੋਏ ਆ, ਠੀਕ ਹੈ ਜੀ, ਠੀਕ ਹੈ ਸਰ।
ਤੇ ਕੋਈ ਮੋਟਰ ਦੀ ਵੀ ਸਾਵਧਾਨੀ ਦੱਸ ਦਿਓ, ਜਿਹੜਾ ਲਾਈਫ ਵੀ ਲੰਬਾ ਸਮਾਂ ਆਪਣੇ ਨਾਲ ਚੱਲੇ ਮੋਟਰ ਵੀ ਖਰਾਬ ਨਾ ਜਲਦੀ ਹੋਵੇ। ਚਲੋ ਮੋਟਰ ਤਾਂ ਇਲੈਕਟ੍ਰੀਸ਼ੀਅਨ ਪ੍ਰੋਬਲਮ ਆ ਸਕਦੀ, ਠੀਕ ਹੈ ਜੀ। ਪੰਪ ਦੇ ਵਿੱਚ ਜਿਹੜਾ ਪੰਪ ਆ, ਹਾਂਜੀ, ਪੰਪ 6 ਮਹੀਨੇ ਬਾਅਦ ਜ਼ਰੂਰ ਇਹਨਾਂ ਨੂੰ ਸਰਵਿਸ ਕਰਾਉਣੀ ਚਾਹੀਦੀ ਹੈ, ਠੀਕ ਹੈ ਜੀ। 6 ਮਹੀਨੇ ਬਾਅਦ ਜ਼ਰੂਰ ਸਰਵਿਸ ਕਰਵਾਓ ਇਹਦੀ, ਠੀਕ ਹੈ ਜੀ। ਇਹਦੇ ਨਾਲ ਕੀ ਪੰਪ ਦੇ ਵਿੱਚ ਕੋਈ ਵੀ ਫਾਲਟ ਆ ਜੋ ਅੱਛਾ, ਮੈਨੂੰ ਇੱਕ ਇਹ ਦੱਸੋ ਜਿਹੜਾ ਇਹ ਮਾਡਲ ਹੈਗਾ, ਜਿਵੇਂ ਹੁਣ ਆਪਣੇ ਲੱਗਿਆ ਹੋਇਆ ਫਾਰਮ 'ਤੇ, ਉਹਦੀ ਆਪਾਂ ਨੂੰ ਨਾ ਸਰਵਿਸ ਕਰਨੀ ਪੈਂਦੀ 3 ਮਹੀਨਿਆਂ ਬਾਅਦ। ਜਿਵੇਂ ਹੁਣ ਇਹ ਜਿਹੜਾ ਮਾਡਲ ਹੈ ਵੀ ਇਹਦੇ ਵਿੱਚ ਆਇਲ ਵੀ ਜਦੋਂ ਘੱਟ ਜਾਂਦਾ ਗਾ ਆਪਾਂ ਪਾਈ ਜਾਣਾ ਗਾ, ਵੀ ਉਹ ਇਹਦੀ ਵੀ ਸਰਵਿਸ ਦੀ ਲੋੜ ਪੈਂਦੀ ਹੈ ਮਾਡਲ 'ਚ? ਇਹਦੀ ਸਰਵਿਸ ਦੀ ਤਾਂ ਲੋੜ ਪੈਣੀ ਹੀ ਪੈਣੀ ਹੈ, ਠੀਕ ਹੈ ਜੀ। ਇਹਦੇ ਵਿੱਚ ਕੀ ਆ, ਇੱਕ ਜਿਹੜੀ ਇਹਦੇ ਵਿੱਚ ਹਰ ਚੀਜ਼ ਹੁੰਦੀ ਆ, ਇਹਨਾਂ ਦਾ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਬੰਦ ਤਾਂ ਨਹੀਂ ਹੋਏ ਕੋਈ ਸਰਵਿਸ ਦੇ, ਠੀਕ ਹੈ। ਇਹਦੇ ਵਿੱਚ ਤੇਲ ਪ੍ਰੋਪਰ ਆਉਂਦਾ, ਠੀਕ ਹੈ, ਸੈਗਮੈਂਟ ਪ੍ਰੋਪਰ ਖੁੱਲਦੇ ਆ, ਠੀਕ ਹੈ, ਇਹ ਚੀਜ਼ ਪਤਾ ਲੱਗਣਾ, ਠੀਕ ਹੈ। ਤੇ ਵੀਰੋ ਇਹ ਜੇ ਕੋਈ ਵੀ ਭਰਾ ਨਵੀਂ ਮਸ਼ੀਨ ਲੈ ਕੇ ਜਾਂਦਾ ਗਾ ਤਾਂ ਇਹ ਸਾਵਧਾਨੀਆਂ ਜ਼ਰੂਰ ਰੱਖਿਓ। ਮੇਨ ਕੰਮ ਤਾਂ ਮਸਟੈਟਿਸ ਦਾ ਗਾ, ਜਿਵੇਂ ਆਪਾਂ ਪਾਈਪ ਦੱਸਿਆ ਜਾਂ ਕਲੀਨ ਦੱਸਿਆ, ਜੇ ਨਹੀਂ ਕਰਾਂਗੇ ਫਿਰ ਆਪਣੇ ਫਾਰਮ ਤੋਂ ਕਦੇ ਵੀ ਮਸਟੈਟਿਸ ਨਹੀਂ ਜਾਊਗੀ। ਤੇ ਇੱਕ ਜਿਹੜਾ ਇਹਦਾ ਪੰਪ ਆਇਲ ਹੈਗਾ ਜੀ, ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਵੀ ਆਪਾਂ ਨੂੰ ਸਪੈਸ਼ਲੀ ਕਿਹੜਾ ਆਇਲ ਯੂਜ਼ ਕਰਨਾ ਚਾਹੀਦਾ। ਸਰ ਜੀ ਇੱਕ ਗੱਲ ਹੈ ਜੀ, ਇਹਦੇ ਲਈ ਸਪੈਸ਼ਲ ਆਪਾਂ ਨੂੰ ਵੈਕਿਊਮ ਪੰਪ ਆਇਲ ਜਿਹੜਾ ਹੈ ਆਇਲ ਆ ਰਿਹਾ ਇਹਦਾ, ਠੀਕ ਹੈ ਜੀ, ਠੀਕ ਹੈ। ਨਹੀਂ ਕਈ ਫਾਰਮਰ ਦੇਖਦੇ ਆ ਵੀ ਜਿਹੜਾ ਕਿ ਲਾਲ ਘੋੜਾ ਵਗੈਰਾ ਇਹੋ ਜਿਹਾ ਪਾ ਦਿੰਦੇ ਆ, ਪਰ ਉਹ ਪਾਉਣਾ ਨਹੀਂ ਚਾਹੀਦਾ। ਹਾਂ, ਜਿਵੇਂ 20-40 ਦੇ ਨਾਂ ਤੇ ਵੀ ਜਿਵੇਂ ਨਾਰਮਲ ਕੋਈ ਕੈਸਟਰੋਲ ਦਾ ਹੈਗਾ ਉਹੀ ਪਾਈ ਜਾਂਦੇ, ਹਾਂਜੀ ਉਹੀ ਪਾਈ ਜਾਂਦੇ ਆ। ਇਹਦੇ ਨਾਲ ਕੀ ਆ ਜੀ, ਇਹਦੇ ਵਿੱਚ ਜਿਹੜਾ ਪੰਪ ਆ ਉਹਦਾ ਵੈਕਿਊਮ ਘਟਣੀ ਸ਼ੁਰੂ ਹੋ ਜਾਂਦੀ ਹੈ ਜੀ, ਠੀਕ ਹੈ ਜੀ। ਤੇ ਸਪੈਸ਼ਲੀ ਬੈਂਸਨ ਨੇ ਇਹਦੇ ਵਾਸਤੇ ਇਹ ਤੇਲ ਬਣਾਇਆ ਹੋਇਆ, ਇਹੀ ਪਾਉਣਾ ਚਾਹੀਦਾ ਸਰ। ਉਹ ਜੇ ਆਪਣੇ ਪੰਪ ਦੀ ਇੱਕ ਲਾਈਫ ਬਣਾਉਣੀ ਹੈ ਕਿ ਪ੍ਰੋਪਰ ਪ੍ਰੈਸ਼ਰ ਰਹੇ, ਤਾਂ ਤੁਸੀਂ ਆਹੀ ਜਿਹੜਾ ਆਇਲ ਹੈਗਾ ਯੂਜ਼ ਕਰਨਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਦੱਸਣ ਲਈ। ਤੇ ਭਰਾਵੋ ਆਪਣੀ ਜਿਹੜੀ ਟੈਗ ਨੰਬਰ 23 ਹੀਫਰ ਹੈਗੀ ਪਹਿਲਣ, ਉਹਦਾ ਸੂਆ ਪੈ ਚੁੱਕਿਆ ਗਾ। ਇਹਦਾ ਭਰਾਵੋ ਰਾਤ ਸੂਆ ਪਿਆ ਗਾ, ਤੇ ਜਿਹੜੀ ਇਹਦੀ ਜੇਰ ਸੀਗੀ ਉਹ 8-10 ਘੰਟਿਆਂ ਦੇ ਵਿੱਚ ਪਈ ਹੈਗੀ, ਕਿਉਂਕਿ ਸੂਣ ਤੋਂ ਬਾਅਦ ਮੇਨ ਕੰਮ ਰਹਿ ਜਾਂਦਾ ਜੇਰ ਦਾ। ਜੇ ਜੇਰ ਸਹੀ ਤਰੀਕੇ ਨਾਲ ਨਾ ਪਵੇ ਜਾਂ ਟਾਈਮ ਜ਼ਿਆਦਾ ਲੱਗ ਜੇ, ਫਿਰ ਐਨੀਮਲ ਦੁੱਧ 'ਤੇ ਵੀ ਨਹੀਂ ਜਲਦੀ ਆਉਂਦਾ ਹੈਗਾ, ਅਤੇ ਨਾਲੇ ਵੀਰੋ ਕੀ ਹੈਗਾ ਖਾਣਾ ਪੀਣਾ ਘਟਾ ਦਿੰਦਾ ਗਾ। ਅਤੇ ਆਪਾਂ ਨੇ ਸੂਣ ਤੋਂ ਬਾਅਦ ਇਹਨੂੰ ਕੈਲਸ਼ੀਅਮ ਜੈੱਲ ਦਿੱਤੀ ਸੀਗੀ, ਐਨਰਜੀ ਵਾਸਤੇ ਗੁੜ ਦਿੱਤਾ ਸੀਗਾ, ਅਤੇ ਵੀਰੋ ਫਰੈਸ਼ ਪਾਣੀ ਸੀ ਜਿਹੜਾ ਸਪੈਸ਼ਲੀ ਮੋਟਰ ਚਲਾ ਕੇ ਦਿੱਤਾ ਗਾ ਐਨੀਮਲ, ਤਾਂ ਜੋ ਖੁਸ਼ ਹੋ ਕੇ ਤਾਜ਼ਾ ਪਾਣੀ ਪੀਵੇ। ਜਦੋਂ ਇੱਦਾਂ ਦੀ ਆਪਾਂ ਡਾਇਟ ਦੇਵਾਂਗੇ ਨਾ ਸੂਣ ਤੋਂ ਬਾਅਦ, ਫਿਰ ਕੀ ਹੁੰਦਾ ਜੇਰ ਜਲਦੀ ਪੈ ਜਾਂਦੀ ਹੈਗੀ। ਬਾਕੀ ਭਰਾਵੋ ਜੇ ਕਈ ਵਾਰੀ ਇਨਕੇਸ ਜੇਰ ਨਾ ਪਵੇ 10-12 ਘੰਟਿਆਂ ਬਾਅਦ, ਤਾਂ ਆਪਾਂ ਲੂਟਾਲਾਈਜ਼ ਜ਼ਰੂਰ ਲਗਾਇਆ ਕਰੋ 5 ml, ਫਿਰ 24-48 ਘੰਟਿਆਂ ਦੇ ਵਿੱਚ ਉਹ ਵਰਕ ਕਰਕੇ ਜਿਹੜੀ ਜੇਰ ਆ ਉਹ ਬਾਹਰ ਕੱਢਣੀ ਸ਼ੁਰੂ ਕਰ ਦਿੰਦਾ ਗਾ। ਪਰ ਇਹ ਨਹੀਂ ਹੈਗਾ ਵੀ ਆਪਾਂ ਟੀਕਾ ਲਾ ਕੇ ਇੱਕ ਵੇਟ ਕਰਾਂਗੇ ਵੀ ਜੇਰ ਕਦੋਂ ਪਊਗੀ। ਡਾਕਟਰ ਨੂੰ ਬੁਲਾਵੋ, ਡਾਕਟਰ ਨੂੰ ਬੁਲਾ ਕੇ ਜਿਹੜੀ ਜੇਰ ਆ ਗਈ ਨਾ ਉਹ ਕੋਸ਼ਿਸ਼ ਕਰੋ ਵੀ ਸੌਖੀ ਸੌਖੀ ਜਿੰਨੀ ਕੁ ਨਿਕਲ ਜੇ ਤਾਂ ਚੰਗੀ ਗੱਲ ਆ ਗਈ, ਕਿਉਂਕਿ ਜਿੰਨਾ ਚਿਰ ਜੇਰ ਅੰਦਰ ਰਹੂਗੀ ਐਨੀਮਲ ਆਪਣਾ ਖਾਣਾ ਪੀਣਾ ਘਟਾ ਦੂਗਾ, ਮਤਲਬ ਉਹਨੇ ਖਾਣਾ ਪੀਣਾ ਚੱਕਣਾ ਨਹੀਂ ਹੈਗਾ। ਅਤੇ ਬਾਕੀ ਵੀਰੋ ਆਪਾਂ ਲੇਵਾ ਜਿਹੜਾ ਤੁਹਾਨੂੰ ਦਿਖਾਉਂਦੇ ਹਾਂਗੇ, ਇਸ ਤਰ੍ਹਾਂ ਦਾ ਇਹਦਾ ਲੇਵਾ ਬਣਿਆ ਗਾ। ਥੋੜ੍ਹੀ ਗਰਮੀ ਬਹੁਤ ਜ਼ਿਆਦਾ ਹੈਗੀ ਆਪਾਂ ਨੂੰ ਵੀ ਪਤਾ ਗਾ, ਅਤੇ ਗਰਮੀ ਦੇ ਵਿੱਚ ਫਿਰ ਵੀ ਭਰਾਵੋ ਆਪਾਂ ਬਹੁਤ ਸਹੀ ਡਾਇਟ ਰੱਖ ਕੇ ਨਾ ਵੀ ਵਧੀਆ ਪਹਿਲਣ ਹੀਫਰਾਂ ਦੇ ਆਪਾਂ ਲੇਵਾ ਜਿਹੜਾ ਵਧੀਆ ਬਣਾ ਰਹੇਗੇ। ਅਤੇ ਇਹਦੇ ਵੀ ਵੀਰੋ ਆਪਾਂ ਤੁਹਾਨੂੰ ਦੇਖੋ ਦਿਖਾਉਣੇ ਆ, ਕਿਉਂਕਿ ਆਪਾਂ ਭਰਾਵਾਂ ਨੂੰ ਸਪੈਸ਼ਲ ਤਾਂ ਦਿਖਾਉਣੇ ਹੁੰਦੇ ਹਾਂਗੇ ਵੀ ਦੇਖੋ ਨੀਚੇ ਕੋਈ ਵੀ ਪਲ ਨਹੀਂ ਹੈਗੀ, ਕੋਈ ਆਰਡਰ ਦੇ ਉੱਤੇ ਸਵੈਲਿੰਗ ਨਹੀਂ ਹੈਗੀ, ਬਿਲਕੁਲ ਨੋਰਮਲ ਪਿਆ, ਕੱਲੇ ਸੂਆ ਪਿਆ ਗਿਆ ਇਹਦਾ ਦੇਖ ਲਓ ਤੁਸੀਂ। ਇਹ ਕੰਮ ਸਿਰਫ ਮੇਨ ਕੀ ਆ, 8ਵੇਂ ਤੇ 9ਵੇਂ ਮਹੀਨੇ ਦੇ ਵਿੱਚ ਆਪਾਂ ਕਿੱਦਾਂ ਦੀ ਡਾਇਟ ਦੇ ਰਹੇ ਹਾਂਗੇ। ਜੇ ਆਪਾਂ ਡੀ ਕੈਟ ਦੇ ਉੱਤੇ ਪ੍ਰੋਪਰ ਕੰਮ ਕਰਾਂਗੇ, ਸਹੀ ਟ੍ਰਾਂਜੈਕਸ਼ਨ ਦੇਵਾਂਗੇ, ਤੂੜੀ ਦੇਵਾਂਗੇ, ਸੈਲਜ ਵਗੈਰਾ ਸਹੀ ਦੇਵਾਂਗੇ, ਤਾਂ ਇਹ ਚੀਜ਼ਾਂ ਨਹੀਂ ਆਉਣਗੀਆਂ। ਜਦੋਂ ਆਪਾਂ ਇਹ ਹੋਊਗਾ ਵੀ ਯਾਰ ਜੋ ਮਰਜ਼ੀ ਚੀਜ਼ ਪਈਆ ਦੇ ਦਿਉ ਜਾਂ ਧਿਆਨ ਨਹੀਂ ਕਰਾਂਗੇ, ਫਿਰ ਭਰਾਵੋ ਭਲਾਂ ਚੜ੍ਹਨਗੀ ਚੜ੍ਹਨਗੀਆਂ, ਮਸਟਾਈਟਿਸ ਵੀ ਆ ਸਕਦੀ ਹੈਗੀ। ਅਤੇ ਬਾਕੀ ਭਰਾਵੋ ਸੂਣ ਤੋਂ ਬਾਅਦ ਇਹ ਕੰਡੀਸ਼ਨ ਦਿਖਾਉਣੀ ਆਪਾਂ ਹੀਫਰ ਦੀ,
ਇਹਨੂੰ ਆਪਾਂ ਨੇ ਜੈਲ ਇੱਕ ਰਾਤ ਪਿਲਾਈ ਸੀਗੀ, ਇੱਕ ਅੱਜ ਇਹਨੂੰ ਜੈਲ ਦੇਤੀ ਵੀਰੋ, ਇੱਕ ਇਹਨੂੰ ਕੱਲ ਨੂੰ ਦਵਾਂਗੇ, ਫਿਰ ਆਪਾਂ ਇਹਨੂੰ 10-10 ਦਿਨ ਛੱਡ ਕੇ ਜੈਲ ਦਵਾਂਗੇ ਕਿਉਂਕਿ ਗਰਮੀ ਦਾ ਟਾਈਮ ਹੈਗਾ। ਗਰਮੀ ਦੇ ਵਿੱਚ ਕੀ ਹੁੰਦਾ ਗਾ, 10 ਕੁ ਦਿਨਾਂ ਬਾਅਦ ਜਿਹੜੀਆਂ ਆਪਣੀਆਂ ਵੈਸੇ ਵੀ ਜ਼ਿਆਦਾ ਮਿਲਕਿੰਗ ਵਾਲੀਆਂ ਗਾਵਾਂ ਲਾ ਲਓ, ਉਹਨਾਂ ਨੂੰ 10 ਕੁ ਦਿਨਾਂ ਦੇ ਬਾਅਦ ਇੱਕ ਜੈਲ ਜ਼ਰੂਰ ਦੇ ਦਿਆ ਕਰੋ ਤਾਂ ਜੋ ਉਹਨਾਂ ਦਾ ਐਨਰਜੀ ਲੈਵਲ ਸਹੀ ਰਹੇ। ਬਾਕੀ ਵੀਰੋ ਇਹਦਾ ਜਿਹੜਾ ਬੱਚਾ ਹੈਗਾ ਤੁਹਾਨੂੰ ਆਪਾਂ ਦੁਬਾਰਾ ਦਿਖਾਉਣੇ ਹੈਗੇ, ਅਲੈਗਜੈਂਡਰਾ, ਇਹ ਵੀਰੋ ਸੈਕਿੰਡ ਸਿਮ ਵਾਲਾ ਬੱਚਾ ਹੈਗਾ। ਆਜਾ ਬਾਕੀ ਭਰਾਵੋ ਕਮੈਂਟ ਕਰਕੇ ਦੱਸਿਓ ਤੁਸੀਂ ਕਿਸ ਤਰ੍ਹਾਂ ਦਾ ਤੁਹਾਨੂੰ ਬੱਚਾ ਲੱਗਿਆ। ਇਹ ਤੁਸੀਂ ਸਰਚ ਵੀ ਕਰ ਸਕਦੇ ਹੋਗੇ ਗੂਗਲ ਦੇ ਉੱਤੇ ਅਲੈਗਜੈਂਡਰਾ ਭਰ ਕੇ। ਬਾਕੀ ਵੀਰੋ ਉੱਧਰ ਆਪਣੀਆਂ ਜਿਹੜੀਆਂ ਹੀਫਰਾਂ ਨੇ ਉਹਨਾਂ ਦੀ ਵੀ ਤਿਆਰੀ ਚੱਲ ਰਹੀ ਹੈਗੀ। ਲਗਭਗ 3-4 ਹੀਫਰਾਂ ਨੇ ਜਿਹੜੀਆਂ ਅਗਲੇ ਮਹੀਨੇ ਦੇ ਐਂਡ ਤੱਕ ਉਹਨਾਂ ਦਾ ਵੀ ਸੂਆ ਪੈ ਜੂਗਾ। ਉਸ ਤੋਂ ਬਾਅਦ ਫਿਰ ਆਪਣਾ ਸੂਆ ਪੈਣਾ ਸ਼ੁਰੂ ਹੋ ਜੂਗਾ ਗਾਵਾਂ ਦਾ। ਜਿਵੇਂ ਕਿਸੇ ਇੱਕ ਗਾਂ ਦਾ ਪੈ ਗਿਆ 15-20 ਦਿਨਾਂ ਬਾਅਦ, ਫਿਰ 2 ਦਾ ਪੈ ਗਿਆ, ਇੱਦਾਂ ਦਾ ਵੀਰੋ ਫਿਰ ਸ਼ੁਰੂ ਹੋ ਜੂਗਾ। ਅਤੇ ਭਰਾਵੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ। ਜਿਹੜੇ ਵੀਰ ਨਵੇਂ ਜੁੜਦੇ ਨੇ ਗੇ, ਨਵੇਂ ਦੇਖਦੇ ਨੇ ਆਪਣੀ ਵੀਡੀਓਜ਼ ਨੂੰ, ਅਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਵੀਰੋ ਮਿਲਾਂਗੇ ਆਪਾਂ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ। ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।